ਮਾਸੂਮ ਜਾਨ ਫਤਿਹਵੀਰ ਜੋ ਕਿ ਪਿਛਲੇ 72 ਘੰਟਿਆਂ ਤੋਂ ਬੋਰਵੈਲ ਦੇ ਵਿੱਚ ਡਿੱਗਿਆ ਹੋਇਆ, ਉਹਦੇ ਬਾਹਰ ਆਉਣ ਦੇ ਵਿੱਚ ਕੁਝ ਹੀ ਪਲ ਬਾਕੀ ਨੇ। ਇੱਥੇ ਦੇਖਣਾ ਇਹ ਹੋਵੇਗਾ ਕਿ ਫਤਿਹਵੀਰ ਦੀ ਕੀ ਸਿਚੁਏਸ਼ਨ ਹੈ ਬਾਹਰ ਆਉਂਦੇ ਦੀ। ਲੋਕਾਂ ਵੱਲੋਂ ਅਰਦਾਸਾਂ ਲਗਾਤਾਰ ਜਾਰੀ ਹੈ ਕਿ ਫਤਿਹਵੀਰ ਹਾਸਾ ਖੇਡਦਾ ਆਪਣੀ ਫੈਮਿਲੀ ਨਾਲ ਮੌਜੂਦ ਆਵੇ। ਤੁਸੀਂ ਜਿਸ ਤਰ੍ਹਾਂ ਪਿੱਛੇ ਦੇਖ ਪਾ ਰਹੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸਖ਼ਤੀ ਕਰ ਦਿੱਤੀ ਗਈ ਹੈ ਕਿਉਂਕਿ ਫਤਿਹਵੀਰ ਦੇ ਬਾਹਰ ਆਉਣ ਦੇ ਵਿੱਚ ਕੁਝ ਹੀ ਪਲ ਬਾਕੀ ਨੇ ਅਤੇ ਲੋਕ ਅਰਦਾਸਾਂ ਵੀ ਕਰ ਰਹੇ ਹਨ। ਫਤਿਹਵੀਰ ਦਾ ਪਰਿਵਾਰ, ਹੋਰ ਲੋਕ ਇੱਥੇ ਬਹੁਤ ਮੌਜੂਦ ਹਨ, ਉਹ ਸਾਰੇ ਅਰਦਾਸ ਕਰ ਰਹੇ ਹਨ ਕਿ ਫਤਿਹਵੀਰ ਹਾਸਾ ਖੇਡਦਾ ਆਪਣੀ ਫੈਮਿਲੀ ਦੇ ਵਿੱਚ ਕੱਲ੍ਹ ਨੂੰ ਆਪਦਾ ਜਨਮ ਦਿਨ ਮਨਾਵੇ। ਪੁਲਿਸ ਪ੍ਰਸ਼ਾਸਨ ਵੱਲ ਝਲਕ ਮਾਰੀਏ ਤਾਂ ਪੁਲਿਸ ਵੀ ਆਪਦੇ ਸਹੀ ਰੁਤਬੇ ਦਿਖਾ ਰਹੀ ਹੈ ਹੁਣ, ਅਤੇ ਬਾਕੀ ਸਮਾਜਿਕ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵੀ ਕੁਝ ਵਰਕਰ ਹਨ ਜੋ ਕਿ ਇੱਥੇ ਇਕਜੁੱਟ ਹੋ ਕੇ ਲੱਗੇ ਹੋਏ ਹਨ। ਬਹੁਤ ਹੀ ਜਲਦੀ ਫਤਿਹਵੀਰ ਤੁਹਾਨੂੰ ਦਿਖਾਈ ਦੇਊਗਾ। ਜੇ ਤਾਪਮਾਨ ਦੀ ਗੱਲ ਕਰੀਏ ਤਾਂ 50 ਡਿਗਰੀ ਤਾਪਮਾਨ ਦੇ ਵਿੱਚ ਵੀ NDRF ਦੀ ਟੀਮ ਜਾਂ ਸਮਾਜਿਕ ਜੋ ਸੰਸਥਾਵਾਂ ਹੈ ਉਹਨਾਂ ਦੇ ਜਿਹੜੇ ਵਰਕਰ ਹੈ ਉਹ ਅਣਥੱਕ ਮਿਹਨਤ ਕਰਕੇ ਫਤਿਹਵੀਰ ਨੂੰ ਬਾਹਰ ਕੱਢਣ ਦੇ ਵਿੱਚ ਲੱਗੇ ਹੋਏ ਹਨ। ਜਿਸ ਤੱਕ ਲੋਕਾਂ ਦਾ ਇਹ ਲਈ ਫਤਿਹਵੀਰ ਵਾਸਤੇ ਅਰਦਾਸ ਕਰਦੇ ਹਨ ਕਿ ਫਤਿਹਵੀਰ ਜਲਦੀ ਤੋਂ ਜਲਦੀ ਹਾਸਾ ਖੇਡਦਾ ਆਪਣੀ ਫੈਮਿਲੀ ਦੇ ਨਾਲ ਦੇਖੇ। ਬਹੁਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਇੱਥੇ ਜੁੜੇ ਹਨ ਕਿ ਫਤਿਹਵੀਰ ਹਾਸਾ ਖੇਡਦਾ ਆਪਣੀ ਫੈਮਿਲੀ ਦੇ ਵਿੱਚ ਆਵੇ। ਫਤਿਹਵੀਰ ਅਰਦਾਸ ਸਾਹਿਬ ਜਾਰੀ ਕਰ ਰਹੇ ਹਨ। ਜਿੱਦਾਂ ਹੀ ਫਤਿਹਵੀਰ ਬਾਹਰ ਆਊਗਾ ਅਸੀਂ ਤੁਹਾਨੂੰ ਨਵੀਂ ਝਲਕ ਵੀ ਦਿਖਾਵਾਂਗੇ।